ਭਾਰਤ ਨੇ ਕਿਹਾ ਕਿ ਆ ਲਓ ਅਸੀਂ ਹੁਣ ਜਿਹੜੇ ਬਾਕੀ ਹਥਿਆਰ ਤਾਂ ਅਸੀਂ ਸ਼ੇਖ ਹਸੀਨਾ ਰਾਹੀਂ ਉੱਥੇ ਤੁਹਾਡੇ 'ਤੇ ਚਲਾਏ, ਜਿਹੜੀਆਂ ਨੇ ਉਹ ਐਕਸਟਰਾ ਜੁਡੀਸ਼ਲ ਕਿਲਿੰਗਸ ਵੀ ਕਰਾਈਆਂ, ਐਬਡਕਸ਼ਨ ਵੀ ਕਰਾਈਆਂ, ਜੇਲ੍ਹਾਂ ਵੀ, ਮਰਡਰ ਵੀ ਕਰਾਏ, ਪਰ ਉਹ ਜੇ ਨਾਕਾਮ ਹੋ ਕੇ ਤੁਸੀਂ ਵਾਪਸ ਆਪਣੀ ਆਜ਼ਾਦੀ ਲੈ ਲਈ ਹੈ ਤਾਂ ਹੁਣ ਅਸੀਂ ਪਾਣੀ ਦੇ ਹਥਿਆਰ ਨੂੰ ਵਰਤ ਰਹੇ ਹਾਂ। ਬੰਗਲਾਦੇਸ਼ 'ਚ ਲੋਕ ਸੜਕਾਂ 'ਤੇ ਨਿਕਲ ਆਏ ਨੇ ਕਿ ਵੀ ਇਹ ਇੰਡੀਆ ਨੇ ਐਜ਼ ਏ ਛੱਡੇ ਨੇ ਜਾਣ ਕੇ, ਔਰ ਈਵਨ ਇੰਡੀਆ ਦਾ ਜਿਹੜਾ ਹਾਈ ਕਮਿਸ਼ਨਰ ਹੈ ਉਹ ਦੌੜਿਆ ਦੌੜਿਆ ਉਹਦੇ ਮੁਹੰਮਦ ਯੂਨਸ ਦੇ ਕੋਲ ਗਿਆ ਕਿ ਜੀ ਸਾਡੀ ਸਿਕਿਉਰਿਟੀ ਨੂੰ ਖਤਰਾ ਹੋ ਸਕਦਾ, ਔਰ ਸੋਸ਼ਲ ਮੀਡੀਆ 'ਤੇ ਬੰਗਾਲੀਆਂ ਨੇ ਸ਼ੁਰੂ ਕਰਤਾ, ਟੈਲੀਵਿਜ਼ਨ 'ਤੇ ਕਰਤਾ ਵੀ ਇਹ ਭਾਰਤ ਦੀ ਕਰਤੂਤ ਹੈ। ਇੰਡੀਆ ਹੈਜ਼ ਐਕਟਡ ਇਨ ਐਨ ਇਨਹਿਊਮਨ ਮੈਨਰ ਬਾਈ ਓਪਨਿੰਗ ਦਾ ਡੈਮ ਇਨ ਤ੍ਰਿਪੁਰਾ ਵਿਦਆਊਟ ਗਿਵਿੰਗ ਅਰਲੀ ਵਾਰਨਿੰਗ। ਜੇ ਤੁਹਾਨੂੰ ਪਤਾ ਲੱਗ ਰਿਹਾ ਵੀ ਜਿਹੜਾ ਤੁਹਾਡਾ ਰਿਜ਼ਰਵ ਹੈ ਜਿਹੜਾ ਤੁਸੀਂ ਪਾਵਰ ਜਨਰੇਟ ਕਰਨ ਲਈ ਹੈ ਉਹਦਾ ਲੈਵਲ ਵੱਧ ਰਿਹਾ, ਤੁਸੀਂ ਵਾਰਨਿੰਗ ਦਿੰਦੇ ਹੋ, ਐਵੈਕੂਏਸ਼ਨ ਪਲਾਨ ਇਨ ਪਲੇਸ ਹੁੰਦੀ ਹੈ ਕਿ ਬਈ ਤੁਸੀਂ ਉੱਥੋਂ ਲੋਕਾਂ ਨੂੰ ਐਵੈਕੂਏਟ ਕਰਨਾ, ਲੇਕਿਨ ਇਹਨਾਂ ਨੇ ਅੱਧੀ ਰਾਤ ਨੂੰ ਜਿਹੜਾ ਉਹ ਪਾਣੀ ਫਲੱਡ ਗੇਟ ਖੋਲ੍ਹੇ। ਇੰਡੀਆ ਦੀ ਐਕਸਟਰਨਲ ਅਫੇਅਰ ਮਿਨਿਸਟਰੀ ਨੇ ਸਫਾਈ ਦਿੱਤੀ ਹੈ ਕਿ ਵੀ ਨਹੀਂ 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 ਅਸੀਂ ਨਹੀਂ ਕੀਤਾ ਹੈ, ਇਹ ਤਾਂ ਇਸ ਦੇ ਵਿੱਚ ਪਾਣੀ ਇੰਨਾ ਆ ਗਿਆ ਗੋਮਤੀ ਦਰਿਆ ਦੇ ਵਿੱਚ ਕਿ ਡੰਬਰ ਡੈਮ ਦਾ ਸਾਨੂੰ ਛੱਡਣਾ ਪਿਆ। ਤੁਸੀਂ ਪ੍ਰੀ ਵਾਰਨਿੰਗ ਕਿਉਂ ਨਹੀਂ ਦਿੱਤੀ ਜਿਹੜੀ ਵਾਰਨਿੰਗ ਚੱਲ ਰਹੀ? ਉਹ ਕਹਿੰਦਾ ਵੀ ਇਸ ਲਈ ਵੀ ਸਡਨਲੀ ਪਾਵਰ ਫੇਲੀਅਰ ਹੋ ਗਈ, ਔਰ ਪਾਵਰ ਫੇਲੀਅਰ ਹੋਣ ਕਰਕੇ ਅਸੀਂ ਉਸ ਨੂੰ ਜਿਹੜਾ ਵਾਰਨਿੰਗ ਨੂੰ ਨਹੀਂ ਦੇ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ, ਬਰਜ਼ਮਾਹ ਤੁਹਾਡੀ ਹੋਸਟ ਹੈ ਨਿਲਮ ਕਰਤਨਾ ਟੀਵੀ 'ਚ ਫਿਰ ਸਾਰੇ ਦਰਸ਼ਕਾਂ ਅਤੇ ਸਰੋਤਿਆਂ ਨੂੰ। ਜੀ ਹਾਂ, ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ, ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਸ਼ਹੂਰ ਸਫ਼ਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਅਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ, ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 22 ਅਗਸਤ 2024 ਸੱਤ ਭਾਦੋ ਨਾਨਕ ਸ਼ਹੀਦ ਸੰਮਤ 556 ਦਾ ਦਿਨ ਹੈ, ਅਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦਰਸ਼ਕਾਂ ਅਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ਼ ਅਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਪਾਕਿਸਤਾਨ ਕੇਬਲ, ਆਰਸਨ ਕੇਬਲ, ਵੈਲਫਰਮ ਕੈਨੇਡਾ, ਰੁਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ 'ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ 'ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪਸਟੋਰ 'ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪੋਂਸਰ ਛੁਪੇ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪੋਂਸਰ ਕੀਤਾ ਗਿਆ ਹੈ ਅਟਲਾਂਟਾ ਜੋਰਜੀਆ ਤੋਂ ਸਰਦਾਰ ਮਨਬੀਰ ਸਿੰਘ ਮੈਨੀ ਜੀ ਵੱਲੋਂ। ਸੋ ਇਹ ਲੋਚਦੇ ਨੇ ਕਿ TV84 ਜਿਹੜਾ ਬਹੁਤ ਹੀ ਵਧੀਆ ਕੰਮ ਕਰ ਰਿਹਾ, ਸੋ ਇਸ ਦੀ ਵੱਧ ਤੋਂ ਵੱਧ ਸਪੋਰਟ ਕਰੋ। ਔਰ ਜਿਹੜੀ ਸਿੱਖ ਕੌਮ ਦੀ ਜਿਹੜੀ ਹੈ ਚੜ੍ਹਦੀ ਕਲਾ ਮੰਗਦੇ ਨੇ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪੋਂਸਰਸ਼ਿਪ ਲਈ ਅਸੀਂ ਸਰਦਾਰ ਮਨਬੀਰ ਸਿੰਘ ਮੈਨੇਜਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਅਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪੋਂਸਰ ਕਰੋ। ਸਪੋਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ
5166619194 ਸੇਮ ਨੰਬਰ ਤੇ ਵਟਸਐਪ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4tv ਤੇ। ਸੋ ਵੀਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਬਾਰੇ ਨਾਲ ਕਿ ਬੰਗਲਾਦੇਸ਼ ਦੀਆਂ ਘਟਨਾਵਾਂ ਨੇ ਭਾਰਤ ਨੂੰ ਇੰਨਾ ਬੇਚੈਨ ਕਰ ਦਿੱਤਾ ਹੈ ਕਿ ਉਸਨੇ ਬੰਗਲਾਦੇਸ਼ ਨੂੰ ਤਬਾਹ ਕਰਨ ਲਈ ਦਰਿਆਈ ਪਾਣੀ ਨੂੰ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ। ਸੋ ਇਸ ਵੇਲੇ ਪੂਰਬੀ ਬੰਗਾਲ ਹੜ੍ਹਾਂ ਦੀ ਮਾਰ ਹੇਠ ਹੈ ਕਿਉਂਕਿ ਭਾਰਤ ਨੇ ਬਿਨਾਂ ਵਾਰਨਿੰਗ ਦਿੱਤਿਆਂ ਡੰਬਰ ਡੈਮ 'ਚੋਂ ਪਾਣੀ ਛੱਡ ਦਿੱਤਾ ਹੈ। ਔਰ ਯਾਦ ਰਹੇ, ਡੰਬਰ ਡੈਮ ਗੋਮਤੀ ਦਰਿਆ 'ਤੇ ਬਣਿਆ ਹੋਇਆ ਹੈ ਜਿਹੜਾ ਭਾਰਤ 'ਚੋਂ ਨਿਕਲ ਕੇ ਪੂਰਬੀ ਬੰਗਾਲ ਵਿੱਚ ਜਾ ਵੜਦਾ ਹੈ। ਸੋ ਬੰਗਲਾਦੇਸ਼ ਦੇ ਲੋਕਾਂ ਵਿੱਚ ਭਾਰਤ ਦੀ ਇਸ ਕੋਝੀ ਹਰਕਤ ਨੂੰ ਲੈ ਕੇ ਕਾਫੀ ਰੋਸ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਅਸੀਂ ਵੀਰ ਮਨਵੀਰ ਸਿੰਘ, ਜਿਹਨਾਂ ਨੂੰ ਪਿਆਰ ਨਾਲ ਮੈਨੀ ਸਿੰਘ ਵੀ ਕਹਿੰਦੇ ਨੇ, ਐਟਲਾਂਟਾ ਜੋਰਜੀਆ ਦੇ ਨਿਵਾਸੀ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਸਾਡੇ ਵੀਰ ਕੁਲਦੀਪ ਸਿੰਘ ਹੋਰਾਂ ਨੇ ਦੱਸਿਆ ਕਿ ਮਨਵੀਰ ਸਿੰਘ ਸ਼ੁਰੂ ਤੋਂ ਹੀ ਜਿਹੜਾ TV84 ਦੇ ਹਮਾਇਤੀ ਨੇ, ਜਦੋਂ ਵੀ ਅਸੀਂ ਜਾਂਦੇ ਹਾਂ ਸਾਥ 'ਚ, ਇੱਕ ਵਾਰ ਸਾਡਾ ਐਟਲਾਂਟਾ ਦਾ ਟ੍ਰਿਪ ਹੁੰਦਾ ਅਤੇ ਉਹ ਬੜੇ ਚਾਅ ਦੇ ਨਾਲ ਔਰ ਉਤਸ਼ਾਹ ਦੇ ਨਾਲ ਸ਼ਮੂਲੀਅਤ ਵੀ ਕਰਦੇ ਨੇ ਹਰ ਸਮਾਗਮ 'ਚ, ਔਰ ਲਿਬਰਲੀ ਡੋਨੇਟ ਵੀ ਕਰਦੇ ਨੇ। ਸੋ ਇਸ ਕਿਸਮ ਦੇ ਵੀਰ ਸਾਡਾ ਸਰਮਾਇਆ ਨੇ। ਔਰ ਅੱਜ ਹੀ ਭਾਈ ਗੋਬਿੰਦਰ ਸਿੰਘ, ਉਹਨਾਂ ਦੀ ਕਾਲ ਸੀ ਦੁਪਹਿਰੇ, ਸੋ ਉਹਨਾਂ ਨੇ ਸਰ ਜਸਬੀਰ ਸਿੰਘ ਸੰਧੂ, ਜਿਹੜੇ ਨਿਊਯਾਰਕ ਨਿਵਾਸੀ TV84 ਦੇ ਵੈਲਵਿਸ਼ਰ, ਔਰ ਜਿਹਨਾਂ ਨੇ 10 ਸਾਲ ਕੈਦ ਕੱਟੀ ਸੀ ਜਦੋਂ ਭਜਨ ਲਾਲ ਨੂੰ ਸਜ਼ਾ ਯਾਫਤਾ ਦੇਣ ਦੀ ਉਹਨਾਂ ਨੇ ਇੱਥੇ ਕੋਸ਼ਿਸ਼ ਕੀਤੀ, ਸੋ ਉਸ ਦੇ ਉੱਤੇ ਉਹਨਾਂ ਨੇ ਅਫਸੋਸ ਦਾ ਇਜ਼ਹਾਰ ਵੀ ਕੀਤਾ। ਪਰ ਨਾਲ ਹੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਆਪਣੇ ਹਮਦਰਦ ਤਾਂ ਇੱਕ ਇੱਕ ਕਰਕੇ ਤੁਰੇ ਜਾਂਦੇ ਨੇ ਅਤੇ ਇਹਨਾਂ ਦਾ ਕੋਈ ਅਲਟਰਨੇਟ ਵੀ ਹੈ, ਕੋਈ ਨਵੇਂ ਵੀ ਜੁਆਇਨ ਕਰ ਰਹੇ ਨੇ? ਅਤੇ ਮੈਂ ਉਹਨਾਂ ਨੂੰ ਕਿਹਾ ਜੀ ਦੇਖੋ, ਇਹ ਸਾਡੇ ਲਈ ਬੜਾ ਦੁੱਖ ਔਰ ਅਫਸੋਸ ਹੁੰਦਾ ਹੈ, ਵੈਸੇ ਤਾਂ ਕੋਈ ਵੀ ਜਿਹੜਾ ਇਸ ਦੁਨੀਆ 'ਤੇ ਆਇਆ, ਔਰ ਖਾਸ ਤੌਰ 'ਤੇ ਇੰਨੀ ਵੱਡੀ ਖਲਕਤ 'ਚੋਂ ਕਿਸੇ ਦਾ ਪੰਥ ਪ੍ਰਸਤ ਹੋਣਾ, ਪੰਥ ਪ੍ਰਸਤ 'ਚੋਂ ਵੀ ਫਿਰ ਕਿਸੇ ਦਾ ਫਾਈਨੈਂਸ਼ੀਅਲੀ ਜਿਹੜਾ ਉਹ ਮਜ਼ਬੂਤ ਹੋਣਾ ਕਿ ਉਹ ਮਦਦ ਕਰ ਸਕਣ, ਅਤੇ ਜੇ ਉਹਨਾਂ ਦੀ ਨਿਸ਼ਕਾਮਤਾ ਨਾਲ ਜੁੜੀ ਹੋਏ ਫਿਰ ਇਹ ਤਾਂ ਐਸੈਟ ਨੇ ਉਹਨਾਂ ਦਾ, ਕਿਸੇ ਦਾ ਕੋਈ ਬਦਲ ਤਾਂ ਨਹੀਂ ਹੁੰਦਾ, ਹਰ ਇੱਕ ਦਾ ਇੱਕ ਆਪਣਾ ਰੋਲ ਹੁੰਦਾ। ਪਰ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਤੱਕ ਸਤਿਗੁਰੂ ਦੀ ਰਹਿਮਤ ਦੇ ਨਾਲ ਪੰਥ ਪ੍ਰਸਤੀ ਦਾ ਝੰਡਾ ਸੀ ਚੁੱਕਿਆ ਹੋਇਆ, ਕੋਈ ਨਾ ਕੋਈ ਨਵੇਂ ਵੀ ਜੁਆਇਨ ਕਰਦੇ ਜਾਣਗੇ, ਗੁਰੂ ਦਾ ਕੰਮ ਹੈ। ਅਤੇ ਜਿੱਦਣ ਸਾਨੂੰ ਲੱਗਾ ਕਿ ਭਾਈ ਅਸੀਂ ਇਸ ਨੂੰ ਤੋਰਨ ਤੋਂ ਅਸਮਰਥ ਹੈ, ਉਸ ਦਿਨ ਅਸੀਂ ਜਿਹੜਾ ਫਿਰ ਸਾਡੇ ਕੋਲ ਕੋਈ ਚੋਇਸ ਨਹੀਂ ਹੋਏਗੀ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਭਾਈ ਵੱਧ ਤੋਂ ਵੱਧ ਜਿਹੜਾ ਉਹ ਮਦਦ ਕਰੋ, ਕੋਈ ਜ਼ਰੂਰੀ ਨਹੀਂ ਵੀ ਜਿੱਥੇ ਅਸੀਂ ਜਾਣਾ ਉੱਥੇ ਜਾਣ ਤੋਂ ਬਾਅਦ ਹੀ ਕੋਈ ਮਦਦਗਾਰ ਹੋਏ। ਤੁਹਾਨੂੰ ਰੋਜ਼ਾਨਾ ਐਡਰੈਸ ਵੀ ਦੱਸਿਆ ਜਾਂਦਾ ਹੈ ਔਰ ਤੁਸੀਂ ਅਫੋਰਡ ਵੀ ਕਰ ਸਕਦੇ ਹੋ, ਜੋ ਵੀ ਕੋਈ ਕਿਸੇ ਦੀ ਜਿਹਨੂੰ ਯਥਾ ਸ਼ਕਤੀ ਕਿਹਾ ਜਾਂਦਾ, ਜੋ ਤੁਹਾਡੇ ਵਿੱਤ ਅਨੁਸਾਰ ਤੁਸੀਂ ਸਾਡੀ ਮਦਦ ਕਰ ਸਕਦੇ ਹੋ। ਨਾਲ ਦੀ ਨਾਲ ਇਹ ਮਦਦ ਵੀ ਹੈ ਕਿ ਜੇ ਤੁਸੀਂ, ਜਿਵੇਂ ਅਸੀਂ ਰਿਪੀਟਡਲੀ ਕਿਹਾ ਕਿ ਵੀ ਸਾਡੇ ਫਾਇਰ ਵਾਲ ਲਾਈ ਹੋਈ ਹੈ ਸਾਰੇ ਪਾਸਿਓਂ ਹੀ, ਉਸ ਕਰਕੇ ਜਿਹੜਾ ਉਹਦੀ ਕਈ ਵਾਰੀ ਪਹੁੰਚ ਬੜੀ ਸੀਮਿਤ ਬਣਾ ਦਿੱਤੀ ਜਾਂਦੀ ਹੈ। ਤੁਸੀਂ ਜੇ ਜਦੋਂ ਵੀ ਪ੍ਰੋਗਰਾਮ ਨੂੰ ਓਪਨ ਕਰਦੇ ਹੋ, ਦੇਖਦੇ ਹੋ, ਸਭ ਤੋਂ ਪਹਿਲਾਂ ਲਾਈਕ ਕਰੋ, ਫਿਰ ਉਸ ਦੇ ਉੱਤੇ ਇੱਕ ਅੱਧਾ ਭਾਵੇਂ ਛੋਟਾ ਜਿਹਾ ਕਾਮੈਂਟ ਕਰੋ, ਔਰ ਫਿਰ ਉਹਨੂੰ ਤੁਸੀਂ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ ਵੀ ਕਰੋ। ਇਹੀ ਇੱਕ ਤਰੀਕਾ ਜਿਹਦੇ ਥੱਲੇ ਤੁਸੀਂ ਇਸ ਰੀਚ ਨੂੰ ਵੀ ਵਧਾ ਸਕਦੇ ਹੋ, ਵੱਧ ਤੋਂ ਵੱਧ ਥਾਵਾਂ 'ਤੇ ਪਹੁੰਚ ਸਕਦੇ। ਅੱਜ ਹੀ ਤਨਵੀਰ ਸਿੰਘ ਸਿਆਟਲ ਤੋਂ ਸਾਡੇ ਵੀਰ ਕਹਿ ਰਹੇ ਸੀ ਕਿ TV 'ਤੇ ਵੀ ਜਦੋਂ ਚੱਲਦਾ ਤਾਂ ਬਹੁਤ ਵਾਰੀ ਫਰੀਜ਼ ਹੋ ਜਾਂਦਾ, ਔਰ ਹੁਣ ਇਹ ਕੈਨੇਡਾ 'ਚ ਵੀ ਇਹ ਵੱਡੀ ਪ੍ਰੋਬਲਮ ਰਹੀ ਹੈ। ਇਹ ਸਾਡੀ
ਟੀਮ ਦੇ ਬੰਦੇ ਵੀ ਸ਼ਾਇਦ ਉਹਨਾਂ ਦੇ ਲਈ ਪਤਾ ਨਹੀਂ ਕਿੰਨਾ ਕੁ ਉਹਨਾਂ ਦਾ ਯਤਨ ਜਾਂ ਐਫਰਟ ਹੈ ਜਿਹੜਾ ਕਾਮਯਾਬ ਨਹੀਂ ਹੋ ਰਿਹਾ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰਾ ਕੁਛ ਐਸਾ ਜਿਸ 'ਤੇ ਸਾਡਾ ਕੰਟਰੋਲ ਨਹੀਂ ਹੈ। ਸੋ ਜਿਹੜਾ ਪਲੇਟਫਾਰਮ ਫੇਸਬੁੱਕ ਤੋਂ ਸਾਨੂੰ ਵੈਸੇ ਹੀ ਬਲੌਕ ਕੀਤਾ ਹੋਇਆ, ਸੋ ਯੂਟਿਊਬ ਦਾ ਇੱਕ ਪਲੇਟਫਾਰਮ ਜਿਹਦੇ 'ਤੇ ਅੱਜ ਦੀ ਡੇਟ 'ਚ ਅਸੀਂ ਰਿਲਾਈ ਕਰਦੇ ਹਾਂ, ਹਾਲਾਂ ਇਹ ਵੀ ਫਾਇਰਵਾਲ ਦੇ ਨਾਲ ਹੀ ਜਿਹੜਾ ਉਸਨੂੰ ਜੋੜਿਆ ਹੋਇਆ। ਸੋ ਇਸ ਸਾਰੇ 'ਚੋਂ ਤੁਸੀਂ ਜੇ ਇਹ ਕੋਈ ਬਹੁਤਾ ਵਕਤ ਨਹੀਂ ਲੱਗਦਾ, ਜਿਉਂ ਹੀ ਤੁਸੀਂ ਪ੍ਰੋਗਰਾਮ ਖੋਲਿਆ ਇੱਕ ਤੁਸੀਂ ਕਲਿੱਕ ਲਾਈਕ 'ਤੇ ਕੀਤਾ, ਨਾਲ ਤੁਸੀਂ ਆਪਣੇ ਜਿਹੜੇ ਤੁਹਾਡੇ ਆਪਣੇ ਪਰਿਵਾਰਕ ਗਰੁੱਪ ਨੇ ਉਹਨਾਂ 'ਚ ਤੁਸੀਂ ਸ਼ੇਅਰ ਕਰਦੇ ਹੋ, ਉਹਦੇ 'ਤੇ ਤੁਸੀਂ ਕਮੈਂਟ ਕਰਦੇ ਹੋ, ਕਿਉਂਕਿ ਇਹ ਅਲਟੀਮੇਟ ਮੈਟਰ ਕਰਦਾ। ਜਿਹੜੇ ਇਸ ਫੀਲਡ ਦੇ ਬੰਦੇ ਨੇ ਉਹਨਾਂ ਨੇ ਕਿਹਾ ਕਿ ਭਾਈ ਇਹੀ ਇੱਕ ਤਰੀਕਾ ਹੈ ਜਿਹਦੇ ਥੱਲੇ ਫਿਰ ਇੱਕ ਸਟੇਜ ਹੁੰਦੀ ਹੈ ਕਿ ਵੀ ਜਿਹੜੀ ਫਾਇਰਵਾਲ ਹੈ ਉਹ ਬਿਲਕੁਲ ਜਿਹੜੀ ਹੈ ਉਹ ਇਨਇਫੈਕਟਿਵ ਹੋ ਜਾਂਦੀ ਹੈ। ਮੇਰਾ ਟੈਕਨੀਕਲ ਫੀਲਡ ਨਹੀਂ ਹੈ, ਮੈਨੂੰ ਨਹੀਂ ਪਤਾ ਵੀ ਇਹ ਕਿਵੇਂ, ਸਾਨੂੰ ਤਾਂ ਇੰਨਾ ਕਿਹਾ ਵੀ ਕੋਈ ਕੰਧ ਬਣਾਈ ਤੁਹਾਨੂੰ ਕੰਧ ਨੂੰ ਤੋੜੋ, ਸੋ ਉਹ ਹੁਣ ਤੋੜੇ ਤਾਂ ਸ਼ਾਇਦ ਨਹੀਂ ਜਾ ਸਕਦੇ ਹੋਣੀ, ਪਰ ਉਹਦੇ 'ਚ ਮਗੋਰੇ ਹੋ ਜਾਂਦੇ ਹੋਣਗੇ। ਬੰਗਲਾਦੇਸ਼ ਦੇਖੋ, ਅਸੀਂ ਜੇ ਬੰਗਲਾਦੇਸ਼ ਇਸ਼ੂ ਦੀ ਇੰਪੋਰਟੈਂਸ ਨੂੰ ਸਮਝਿਆ ਪਹਿਲੇ ਦਿਨ ਤੋਂ ਔਰ ਲਗਾਤਾਰਤਾ ਨਾਲ ਇਸ ਦੇ ਉੱਤੇ ਪ੍ਰੋਗਰਾਮ ਕੀਤੇ ਨੇ, ਔਰ ਅਸੀਂ ਇਹ ਗੱਲ ਰਿਪੀਟਡਲੀ ਕਹਿ ਰਹੇ ਸੀ ਕਿ ਸਾਡਾ ਦੁਸ਼ਮਣ ਜਾਂ ਜਿਹੜਾ ਦਿੱਲੀ ਦਰਬਾਰ, ਉਹਨਾਂ ਦੇ ਲਈ ਇਹ ਇੰਨੀ ਵੱਡੀ ਸਿਰਦਰਦੀ ਬਣ ਗਈ ਹੈ, ਕਿਉਂਕਿ ਇਕੱਲਾ ਇਹੀ ਨਹੀਂ ਕਿ ਬੰਗਲਾਦੇਸ਼ ਉਹ ਅਖੀਰਲਾ ਮੁਲਕ ਸੀ ਉਹਨਾਂ ਦੇ ਗਵਾਂਢ ਦਾ, ਜਿਹੜਾ ਸੱਤ ਅੱਠ ਜਿਹੜੇ ਸਾਰਕ ਦੇ ਮੁਲਕ ਨੇ ਉਹਨਾਂ 'ਚੋਂ ਉਹਨਾਂ ਦੇ ਹੱਥੋਂ ਨਿਕਲਿਆ, ਪਰ ਉਹਨਾਂ ਦੇ ਲਈ 4,000 ਕਿਲੋਮੀਟਰ ਨੂੰ ਮੈਨੇਜ ਕਰਨਾ ਬਾਰਡਰ ਵਾਈਜ਼, ਔਰ 5 ਸਟੇਟਾਂ ਭਾਰਤ ਦੀਆਂ ਜਿਹੜੀਆਂ ਨੇ ਉਹਨਾਂ ਦੇ ਨਾਲ ਉਹਨਾਂ ਦਾ ਬਾਰਡਰ ਲੱਗਦਾ, ਔਰ ਕਿਉਂਕਿ ਜਿਵੇਂ ਉਹਨਾਂ ਨੇ ਅੱਖਾਂ ਬੰਦ ਕਰਕੇ ਸ਼ੇਖ ਹਸੀਨਾ ਨੂੰ ਖੜਾ ਕੀਤਾ ਉੱਥੇ, ਉਹ ਰਨ ਉਸ ਸਾਰੇ ਸ਼ੋਅ ਨੂੰ ਰਾਅ ਹੀ ਕਰ ਰਹੇ ਸੀ, ਇੱਕ ਤੋਂ ਬਾਅਦ ਇੱਕ ਚੋਣ ਰਿਗ ਕੀਤੀ, ਇਸ ਗੱਲ ਨੂੰ ਯਕੀਨੀ ਬਣਾਇਆ ਕਿ ਵੀ ਵਿਰੋਧ ਦੀ ਆਵਾਜ਼ ਬਿਲਕੁਲ ਖਤਮ ਹੋ ਜਾਏ, ਔਰ ਹਜ਼ਾਰਾਂ BNP ਜਿਹੜੀ ਵਿਰੋਧੀ ਧਿਰ ਖਾਲਦਾ ਜ਼ਿਆ ਦੀ ਉਹਨਾਂ ਦੇ ਵਰਕਰਾਂ ਨੂੰ ਜੇਲ੍ਹਾਂ 'ਚ ਤੁੰਨਿਆ, ਔਰ ਆਹ ਜਿਹੜੀ ਹੁਣ ਜਨਵਰੀ 'ਚ ਇਲੈਕਸ਼ਨ ਹੋਈ ਉਹ ਤਾਂ ਹੈ ਹੀ ਬਿਲਕੁਲ ਵਨ ਸਾਈਡਡ ਸੀ, ਔਰ ਹਾਲਾਂ ਅਮਰੀਕਾ ਨੇ ਇਸ ਨੂੰ 1-2 ਸਾਲ ਤੋਂ ਇਹ ਰੀਅਲਾਈਜ਼ ਕਰ ਲਿਆ ਸੀ, ਅਮਰੀਕਾ ਨੇ ਆਵਾਜ਼ ਵੀ ਚੁੱਕੀ, ਲੇਕਿਨ ਭਾਰਤ ਨੇ ਈਵਨ ਅਮਰੀਕਾ ਨੂੰ ਵੀ ਸ਼ੇਖ ਹਸੀਨਾ ਸਰਕਾਰ ਦੀ ਵਿਰੋਧਤਾ ਨਹੀਂ ਕਰਨ ਦਿੱਤੀ, ਔਰ ਇਸ ਦੇ ਉੱਤੇ ਬੜੀ ਡੀਟੇਲਡ ਵਾਸ਼ਿੰਗਟਨ ਪੋਸਟ ਦੀ ਸਟੋਰੀ ਹੈ ਜਿਸ ਦਾ ਹੈਡਲਾਈਨ ਹੀ ਇਹ ਹੈ, ਇੰਡੀਆ ਪ੍ਰੈਸਡ US ਟੂ ਗੋ ਈਜ਼ੀ ਔਨ ਬੰਗਲਾਦੇਸ਼ੀ ਲੀਡਰ ਬਿਫੋਰ ਹਰ ਆਊਸਟਰ ਆਫੀਸ਼ਲ ਸੇ, ਔਰ ਇਹ ਬੜੀ ਇਨਵੈਸਟੀਗੇਟਿਵ ਸਟੋਰੀ ਹੈ, ਜੈਰੀ ਸ਼ੀ, ਐਲਨ ਨਾਕਾਸ਼ੀਮਾ ਔਰ ਜੌਨ ਹਡਸਨ ਦੀ, ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਆਫਟਰ ਇੰਡੀਅਨ ਲੋਬਿੰਗ ਵਾਸ਼ਿੰਗਟਨ ਟੋਨਡ ਡਾਊਨ ਇਟਸ ਕ੍ਰਿਟੀਸਿਜ਼ਮ ਆਫ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ, ਨਾਉ ਬੋਥ ਕੰਟਰੀਜ਼ ਮਸਟ ਕਨਫਰੰਟ ਵੈਦਰ ਦੇ ਮਿਸਹੈਂਡਲਡ ਬੰਗਲਾਦੇਸ਼। ਹੁਣ ਇਸ ਸਟੋਰੀ ਦਾ ਲੁਬੇ ਲਵਾਬ ਔਰ ਉਹਦੇ 'ਚ ਬਹੁਤ ਸਾਰਿਆਂ ਨੂੰ ਕੋਟ ਕੀਤਾ ਕਿ ਅਮਰੀਕਾ ਨੇ ਦੇਖ ਲਿਆ ਕਿ ਵੀ ਇਹ ਬਿਲਕੁਲ ਤਾਨਾਸ਼ਾਹੀ ਵੱਲ ਜਾ ਰਹੀ ਹੈ, ਵਨ ਸਾਈਡਡ ਅਪਰੋਚ ਹੈ, ਡੈਮੋਕ੍ਰੇਸੀ ਦਾ ਬੇੜਾ ਗਰਕ ਕੀਤਾ ਹੈ, ਆਪੋਜੀਸ਼ਨ ਦੇ ਬੰਦੇ ਅੰਦਰ ਤੁਰਨੇ ਨੇ, ਕੋਈ ਫੇਅਰ ਐਂਡ ਫਰੀ ਇਲੈਕਸ਼ਨ ਨਹੀਂ ਨੇ, ਔਰ ਅਮਰੀਕਾ ਨੇ ਈਵਨ ਇਹ ਜਨਵਰੀ ਚੋਣਾਂ ਤੋਂ ਪਹਿਲਾਂ ਕੁਛ ਜਿਹੜੇ ਬੰਗਲਾਦੇਸ਼ ਦੇ ਆਫੀਸ਼ੀਅਲ ਸੀ ਉਹਨਾਂ ਦੇ US ਐਂਟਰੀ 'ਤੇ ਵੀ ਪਾਬੰਦੀ ਲਾਈ, ਪਰ ਭਾਰਤ ਨੇ, ਕਿਉਂਕਿ ਅਮਰੀਕਾ ਨੂੰ ਇਹਨਾਂ ਦੀਆਂ ਆਪਣੀਆਂ ਏਜੰਸੀਆਂ ਦੇ ਬੰਦੇ ਨੇ ਉੱਥੇ, ਹਰ ਇੱਕ ਦੇ ਹਰ ਥਾਂ ਹੁੰਦੇ ਨੇ, ਸੋ ਉਹਨਾਂ ਨੇ ਯਤਨ ਵੀ ਕੀਤਾ ਕਿ ਭਾਈ ਇਹਨੂੰ ਸ਼ੇਖ ਹਸੀਨਾ ਦਾ ਜਿਹੜੇ ਹੈ ਉਹ ਟਿਬਰੀ ਟੈਟ ਕੀਤੀ ਜਾਏ, ਲੇਕਿਨ ਭਾਰਤ ਨੇ ਉਹਨੂੰ ਰੋਕਿਆ, ਔਰ ਇਹਦੀ ਬਿਗਨਿੰਗ ਹੀ ਇਹ ਹੈ ਕਿ ਬਈ ਇਹ ਜਿਹੜਾ ਏ ਈਅਰ ਬਿਫੋਰ ਸ਼ੀ ਵਾਜ਼ ਡਿਪੋਜ਼ਡ ਲਾਸਟ ਵੀਕ ਇਨ ਅ ਸਟੂਡੈਂਟ ਅਪਰਾਈਜ਼ਿੰਗ,
ਇੰਡੀਅਨ ਆਫੀਸ਼ਲਸ ਬਿਗੇਨ ਟੂ ਲੋਬੀ ਦੇਅਰ ਯੂ ਐਸ ਕਾਊਂਟਰ ਪਾਰਟਸ ਟੂ ਸਟੋਪ ਪ੍ਰੈਸ਼ਰਿੰਗ ਸ਼ੇਖ ਹਸੀਨਾ ਦਾ ਆਇਰਨ ਫਿਸਟਡ ਪ੍ਰਾਈਮ ਮਿਨਿਸਟਰ ਆਫ ਨੇਬਰਿੰਗ ਬੰਗਲਾਦੇਸ਼ ਅਕੋਰਡਿੰਗ ਟੂ ਯੂ ਐਸ ਐਂਡ ਇੰਡੀਅਨ ਆਫੀਸ਼ਲ ਕਿ ਇੱਕ ਸਾਲ ਪਹਿਲਾਂ ਜਦੋਂ ਅਮਰੀਕਾ ਨੇ ਹਾਰਡ ਲਾਈਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਨੇ ਰੋਕ ਦਿੱਤਾ ਔਰ ਇਹ ਫਿਰ ਯੂ ਐਸ ਦੇ ਡਿਪਲੋਮੈਟਸ ਨੇ ਵੀ ਕਿਹਾ ਕਿ ਵੀ ਹਸੀਨਾ ਨੇ ਹਜ਼ਾਰਾਂ ਆਪਣੇ ਵਿਰੋਧੀਆਂ ਨੂੰ ਜੇਲ੍ਹਾਂ ਦੇ ਵਿੱਚ ਤੁੰਨਿਆ ਔਰ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਬੰਗਲਾਦੇਸ਼ੀ ਪੁਲਿਸ ਦੀ ਯੂਨਿਟ ਦੇ ਉੱਤੇ ਵੀ ਜਿਹੜੀ ਇੱਕ ਦੇ ਉੱਤੇ ਸੈਂਕਸ਼ਨਸ ਲਾਈਆਂ ਔਰ ਬੰਗਲਾਦੇਸ਼ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਲਈ ਸ਼ੇਖ ਹਸੀਨਾ ਨੇ ਗੈਰ ਕਾਨੂੰਨੀ ਮਰਡਰ ਐਬਡਕਸ਼ਨ ਅਗਵਾ ਕਰਨਾ ਔਰ ਝੂਠੇ ਮੁਕਾਬਲੇ ਔਰ ਇਹ ਜਿਹੜਾ ਵੀਜ਼ਾ ਰੈਸਟ੍ਰਿਕਸ਼ਨ ਇਹ ਸਾਰੀਆਂ ਜਿਹੜੀਆਂ ਨੇ ਇਹ ਉਹਨਾਂ ਦੇ ਉੱਤੇ ਲਾਈਆਂ ਔਰ ਇਸ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਵੀ ਪਰ ਭਾਰਤੀ ਅਧਿਕਾਰੀਆਂ ਨੇ ਅਮਰੀਕਨਾਂ ਦੇ ਨਾਲ ਬਹੁਤ ਸਾਰੀਆਂ ਮੀਟਿੰਗਸ ਕੀਤੀਆਂ ਪ੍ਰੋ ਡੈਮੋਕਰੇਸੀ ਰੈਟਰਿਕ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਜੇ ਇਹ ਭਾਰਤ ਅਮਰੀਕਾ ਨੂੰ ਇਹ ਡਰਾ ਰਿਹਾ ਸੀ ਕਿ ਜੇ ਸ਼ੇਖ ਹਸੀਨਾ ਨੂੰ ਤੁਸੀਂ ਸਪੋਰਟ ਨਾ ਕੀਤਾ ਤਾਂ ਜਿਹੜੀ ਬੀ ਐੱਨ ਪੀ ਜਾਂ ਦੂਜੀ ਆਏਗੀ ਇਹ ਜਿਹੜੀ ਹੈ ਬਰੀਡਿੰਗ ਗਰਾਊਂਡ ਬਣ ਜਾਏਗੀ ਇਸਲਾਮਿਸਟ ਗਰੁੱਪਸ ਦੇ ਲਈ ਜਾਂ ਇਸਲਾਮਿਕ ਫੰਡਾਮੈਂਟਲਿਸਟ ਦੇ ਲਈ ਜਿਹੜੇ ਭਾਰਤ ਦੀ ਸੁਰੱਖਿਆ ਨੂੰ ਖਤਰਾ ਹੋਣਗੇ ਔਰ ਇਸ ਦੇ ਉੱਤੇ ਈਵਨ ਉਹਨਾਂ ਨੇ ਕਿਹਾ ਵੀ ਅਜੀਤ ਡੋਵਲ ਉਸਨੇ ਵੀ ਇੰਡੀਪੈਂਡੈਂਟ ਲੋਬੀ ਕੀਤੀ ਔਰ ਉਹਦੇ 'ਚ ਜੋ ਇੰਡੀਆ ਨੇ ਕਿਹਾ ਉਹ ਇਹ ਸੀ ਕਿ ਤੁਹਾਡੀ ਜਿਹੜੀ ਅਪਰੋਚ ਹੈ ਉਹ ਡੈਮੋਕਰੇਸੀ ਦੀ ਗੱਲ ਹੈ ਪਰ ਸਾਨੂੰ ਡੈਮੋਕਰੇਸੀ ਵਗੈਰਾ ਨਾਲ ਕੋਈ ਮਤਲਬ ਨਹੀਂ ਹੈ ਸਾਡੇ ਲਈ ਇਹ ਬਹੁਤ ਸੀਰੀਅਸ ਮੈਟਰ ਹੈ ਕਿਉਂਕਿ ਜਿਹੜਾ ਅਲਟੀਮੇਟਲੀ ਜੇ ਇਹ ਬਦਲਦੀ ਹੈ ਸ਼ੇਖ ਹਸੀਨਾ ਫਿਰ ਜਿਹੜਾ ਤੁਹਾਨੂੰ ਇਹ ਗੱਲ ਦਾ ਦੀ ਰਿਅਲਾਈਜੇਸ਼ਨ ਹੋਏਗੀ ਕਿ ਇਹ ਜਿਹੜਾ ਇੱਥੇ ਇਸਲਾਮਿਕ ਮੂਲਵਾਦੀ ਆ ਜਾਣਗੇ ਔਰ ਇਹ ਤੁਹਾਡੇ ਲਈ ਵੀ ਔਰ ਸਾਡੇ ਲਈ ਵੀ ਖਤਰਾ ਹੋਣਗੇ ਹੁਣ ਇਹ ਇੰਡੀਆ ਦੀ ਲੋਬੀ ਦਾ ਨਤੀਜਾ ਸੀ ਕਿ ਇਹ ਇਸ ਸਟੋਰੀ ਮੁਤਾਬਕ ਵੀ ਅਲਟੀਮੇਟਲੀ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਸਬਸਟੈਂਸ਼ੀਅਲੀ ਸੌਫਨਡ ਇਟਸ ਕ੍ਰਿਟੀਸਿਜ਼ਮ ਐਂਡ ਸ਼ੈਲਵਡ ਥ੍ਰੈਟਸ ਆਫ ਫਰਦਰ ਸੈਂਕਸ਼ਨਸ ਅਗੇਂਸਟ ਹਸੀਨਾਸ ਗੌਰਮੈਂਟ ਡਿਸਅਪੁਆਇੰਟਿੰਗ ਮੈਨੀ ਬੰਗਲਾਦੇਸ਼ੀਸ ਕਿ ਵੀ ਅਮਰੀਕਾ ਨੇ ਫਿਰ ਭਾਰਤ ਦੇ ਪ੍ਰਭਾਵ ਨੂੰ ਕਬੂਲਿਆ ਜੋ ਉਹ ਪਾਬੰਦੀਆਂ ਲਾਉਣਾ ਚਾਹੁੰਦੇ ਸੀ ਉਹ ਫਾਈਲਾਂ ਉਹਨਾਂ ਨੇ ਚੁੱਕ ਕੇ ਜਿਹੜੀਆਂ ਨੇ ਉੱਤੇ ਸ਼ੈਲਫ 'ਤੇ ਰੱਖਤੀਆਂ ਅਤੇ ਨਤੀਜਾ ਉਹਨਾਂ ਨੇ ਕਿਹਾ ਕਿ ਵੀ ਇਹਦਾ ਨਤੀਜਾ ਵੀ ਅੱਜ ਭਾਰਤ ਨੂੰ ਵੀ ਔਰ ਅਮਰੀਕਾ ਨੂੰ ਵੀ ਇਹ ਅਹਿਸਾਸ ਹੋ ਰਿਹਾ ਕਿਉਂਕਿ ਅਮਰੀਕਾ ਨੇ ਆਲਰੇਡੀ ਇਹ ਸਵਾਦ ਚੱਖਿਆ ਹੋਇਆ ਸੀ ਜਦੋਂ ਈਰਾਨ ਦੇ ਮੁੱਦੇ 'ਤੇ ਕਿ ਜਦੋਂ ਈਰਾਨ 'ਚ ਸ਼ਾਹ ਆਫ ਈਰਾਨ ਨੂੰ ਖੁੱਲ੍ਹ ਕੇ ਬੈਕਿੰਗ ਸੀ ਦੇ ਬਾਵਜੂਦ ਕਿ ਉਹਦੀਆਂ ਜੜ੍ਹਾਂ ਉੱਥੋਂ ਕੱਢੀਆਂ ਜਾ ਚੁੱਕੀਆਂ ਸੀ ਲੋਕਾਂ ਵੱਲੋਂ ਪਰ ਨਤੀਜਾ ਇਹ ਕਿ ਜਦੋਂ ਫਿਰ ਉਹ ਆਇਤੁੱਲਾ ਖਮੀਨੀ ਦੀ ਅਗਵਾਈ ਥੱਲੇ ਉਹ ਉੱਥੇ ਚੇਂਜ ਆਈ ਅਤੇ ਫਿਰ ਅਮਰੀਕਾ ਦੇ ਜਿਹੜੇ ਐਮਬੈਸੀ ਆਫੀਸ਼ਲ ਸੀ ਉਹਨਾਂ ਨੂੰ ਵੀ ਜਿਹੜਾ ਉਹ ਉਹਨਾਂ ਨੇ ਐਜ਼ ਏ ਹੋਸਟੇਜ ਲੈ ਲਿਆ ਔਰ ਅਮਰੀਕਾ ਦੇ ਨਾਲ ਉਦੋਂ ਦੇ ਵਿਗੜੇ ਸੰਬੰਧ 1979 ਦੇ ਹੁਣ ਅਸੀਂ ਦੇਖ ਰਹੇ ਹਾਂ ਕਿ ਅੱਧੀ ਸਦੀ ਹੋ ਗਈ ਹੈ ਅਮਰੀਕਾ ਈਰਾਨ ਦੇ ਸੰਬੰਧ ਸੁਧਰੇ ਨਹੀਂ ਨੇ ਸੋ ਅਮਰੀਕਾ ਨੇ ਠੀਕ ਓਬਜ਼ਰਵ ਕਰ ਲਿਆ ਸੀ ਕਿ ਬੰਗਲਾਦੇਸ਼ ਤਬਦੀਲੀ ਵੱਲ ਜਾ ਰਿਹਾ ਹੈ ਸ਼ੇਖ ਹਸੀਨਾ ਤਾਨਾਸ਼ਾਹ ਹੈ ਪਰ ਭਾਰਤ ਨੇ ਪਤਾ ਨਹੀਂ ਅਸੀਂ ਗੱਲ ਕਰਾਂਗੇ ਅੱਜ ਕਿ ਵੀ ਇਹ ਕਿੰਨੀ ਫੇਲਡ ਫੋਰਨ ਪਾਲਿਸੀ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਕਿ ਇਹਨਾਂ ਨੇ ਪੈਂਡਰ ਕੀਤਾ ਭਾਰਤ ਨੂੰ ਔਰ ਹਰ ਥਾਂ ਜਲੂਸ ਕਢਵਾਇਆ ਉਹ ਈਰਾਨ ਹੋਏ ਯੂਕਰੇਨ ਹੋਏ ਔਰ ਈਵਨ ਜਦੋਂ ਕਿ ਹੁਣ ਬਾਈਡਨ ਜਾ ਰਿਹਾ ਔਰ ਆਲਰੇਡੀ ਕਮਲਾ ਹੈਰਿਸ ਦੀ ਐਂਡੋਰਸਮੈਂਟ ਹੋ ਗਈ ਹੈ ਅਤੇ ਈਵਨ ਟਰਾਂਸਨੈਸ਼ਨਲ ਰਿਪਰੈਸ਼ਨ ਸਿੱਖਾਂ ਦੇ ਖਿਲਾਫ਼ ਹੁਣ ਵੀ ਜਿਹੜੇ ਉਹਦੇ ਵਾਕਿਆਤ ਹੋਣ ਦੀਆਂ ਖਬਰਾਂ ਨੇ ਸੋ ਇਹ ਸਾਰੇ ਦੇ ਚੱਲਦਿਆਂ ਇਹ ਸਟੋਰੀ ਨੇ ਇਸ ਤੱਤ ਨੂੰ ਕੱਢਿਆ ਕਿ ਵੀ ਅਮਰੀਕਾ ਦਾ ਇਹ ਸੋਚਣਾ ਸੀ ਕਿ ਜੀ ਅਸੀਂ ਭਾਰਤ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਬਣਾਈ ਹੈ ਉਸ ਦੇ ਕਰਕੇ ਸਾਨੂੰ ਉਹਦੀਆਂ ਵਿਸ਼ਿਜ਼ ਦੇ ਸਾਹਮਣੇ
ਡੈਫਰ ਕਰਨਾ ਪੈਂਦਾ ਔਰ ਇਸ ਦੇ ਬਾਅਦ ਔਰ ਇਹ ਗੱਲ ਜਿਹੜੀ ਹੈ ਜੌਨ ਡੈਨੀਲ ਰਾਸ ਜਿਹੜਾ ਰਿਟਾਇਰਡ ਯੂ ਐਸ ਡਿਪਲੋਮੈਟ ਹੈ ਜਿਹੜਾ ਡਿਪਟੀ ਚੀਫ ਆਫ ਮਿਸ਼ਨ ਸੀ ਢਾਕਾ 'ਚ ਉਹਨਾਂ ਨੇ ਕਿਹਾ ਉਹਨੇ ਕਿਹਾ ਜੀ ਨਜ਼ਰ ਵੀ ਆ ਰਿਹਾ ਸੀ ਕਿ 1979 ਦੇ ਇਰਾਨ ਵਾਲਾ ਵੀ ਹੈ ਇਹਦੇ ਬਾਵਜੂਦ ਜਿਹੜਾ ਜੇ ਅਸੀਂ ਇੱਕ ਡਿਕਟੇਟਰ ਵਰਗੇ ਕਿਸੇ ਇਨਸਾਨ ਨੂੰ ਸਪੋਰਟ ਕਰਦੇ ਅਤੇ ਜਦੋਂ ਡਿਕਟੇਟਰ ਦਾ ਫਾਲ ਹੁੰਦਾ ਡਿਕਟੇਟਰ ਡਿੱਗਦਾ ਯੂ ਆਰ ਲੈਫਟ ਪਲੇਇੰਗ ਕੈਚ ਅਪ ਵੀ ਤੁਹਾਡਾ ਵੀ ਨਾਲ ਹੀ ਜਿਹੜਾ ਔਰ ਉਹਨਾਂ ਨੇ ਕਿਹਾ ਵੀ ਅਸੀਂ ਇਸ ਤੋਂ ਸਬਕ ਨਹੀਂ ਸਿੱਖਿਆ ਪਰ ਅਲਟੀਮੇਟਲੀ ਨਵੀਂ ਦਿੱਲੀ ਦੇ ਪ੍ਰਭਾਵ ਦੇ ਥੱਲੇ ਜਿਹੜਾ ਵਾਸ਼ਿੰਗਟਨ ਨੇ ਜਿਹੜੀ ਹੈ ਹਿਊਮੈਨਿਟੀ ਦਿਖਾਈ ਔਰ ਉਹਨਾਂ ਨੇ ਜਿਹੜਾ ਸ਼ੇਖ ਹਸੀਨਾ ਪ੍ਰਤੀ ਜਿਹੜੀ ਹੈ ਉਹ ਕਮਜ਼ੋਰ ਅਪਰੋਚ ਰੱਖੀ ਸੋ ਇਹ ਸਟੋਰੀ ਦਾ ਇੱਕ ਆਪਣਾ ਮੁਕਾਮ ਹੈ ਪੂਰੀ 4-5 ਸਫ਼ੇ ਦੀ ਡੀਟੇਲਡ ਸਟੋਰੀ ਹੈ ਸੋ ਇਸ ਤੋਂ ਇਹ ਗੱਲ ਸਾਬਤ ਹੋਈ ਵੀ ਇਕੱਲਾ ਇਹੀ ਨਹੀਂ ਕਿ ਭਾਰਤ ਨੇ ਕਿਵੇਂ ਰਾਹੀਂ ਅਜੀਤ ਡੋਵਲ ਰਾਹੀਂ ਰਨ ਕੀਤਾ ਬੰਗਲਾਦੇਸ਼ ਨੂੰ 15 ਸਾਲ ਪਰ ਅਮਰੀਕਾ ਨੂੰ ਵੀ ਗੁੰਮਰਾਹ ਕੀਤਾ ਹਾਲਾਂ ਇਹ ਲੱਗਦਾ ਵੀ ਅਖੀਰ ਜੇ ਜਾ ਕੇ ਅਮਰੀਕਾ ਨੇ ਬੰਗਲਾਦੇਸ਼ ਦੇ ਜਿਹੜੇ ਓਪੋਜੀਸ਼ਨ ਵਾਲੇ ਸੀ ਜਾਂ ਜਿਵੇਂ ਜੇ ਨੋਬਲ ਲੋਰੀਏਟ ਜਿਸ ਨੂੰ ਫਾਈਨਲੀ ਜਿਹੜਾ ਉਹ ਬਣਾਇਆ ਗਿਆ ਪ੍ਰੈਜ਼ੀਡੈਂਟ ਉਹਦੇ ਨਾਲ ਰਾਬਤਾ ਖੋਲ੍ਹ ਲਿਆ ਸੀ ਇੰਨਾ ਪਾਰਟ ਸੀ ਲੇਕਿਨ ਔਰ ਇਸ ਕਰਕੇ ਸ਼ਾਇਦ ਬੰਗਲਾਦੇਸ਼ ਦੇ ਵਿੱਚ ਅਮਰੀਕਾ ਦੇ ਖਿਲਾਫ ਇੰਨੀ ਹੋਸਟਿਲਿਟੀ ਨਹੀਂ ਹੋਈ ਪਰ ਇੰਡੀਆ ਤਾਂ ਹੁਣ ਜਦੋਂ ਇਹ ਨਿਊਜ਼ ਸਟੋਰੀ ਵੀ ਸਾਹਮਣੇ ਆਇਆ ਤਾਂ ਬੰਗਲਾਦੇਸ਼ੀ ਤਾਂ ਪੜ੍ਹੇ ਲਿਖੇ 70-75% ਲਿਟਰੇਸੀ ਰੇਟ ਹੈ ਉਹਨਾਂ ਨੂੰ ਵੀ ਇਹ ਸਮਝ ਆਏਗੀ ਵੀ ਇੰਡੀਆ ਨੇ ਇਕੱਲਾ ਇਹੀ ਨਹੀਂ ਵੀ ਇੱਥੇ ਸ਼ੇਖ ਹਸੀਨਾ ਨੂੰ ਅੱਖਾਂ ਬੰਦ ਕਰਕੇ ਜਿਹੜਾ ਉਹ ਸਾਡੇ ਉੱਤੇ ਥੋਪਿਆ ਔਰ ਖੁਦ ਰਾਜ ਕੀਤਾ ਪਰ ਉਹਨਾਂ ਨੇ ਅਮਰੀਕਾ ਨੂੰ ਵੀ ਕੋਈ ਐਕਸ਼ਨ ਲੈਣ ਤੋਂ ਕੋਈ ਸੈਂਕਸ਼ਨਸ ਕੋਈ ਪਾਬੰਦੀਆਂ ਲਾਉਣ ਤੋਂ ਰੋਕਿਆ ਹੁਣ ਜਦੋਂ ਇਸ ਪੱਧਰ ਦੇ ਉੱਤੇ ਭਾਰਤ ਡੈਸਪੇਰੇਟ ਹੈ ਔਰ ਅਸੀਂ ਇਹ ਸੋਚ ਹੀ ਰਹੇ ਸੀ ਕਿ ਭਾਰਤ ਕੀ ਕਰੇਗਾ ਕਿਉਂਕਿ ਅਸੀਂ ਕੱਲ੍ਹ ਵੀ ਗੱਲ ਕੀਤੀ ਕਿ ਭਾਈ ਉਹਨਾਂ ਨੇ ਸ਼ੇਖ ਹਸੀਨਾ ਦਾ ਡਿਪਲੋਮੈਟਿਕ ਪਾਸਪੋਰਟ ਵੀ ਕੈਂਸਲ ਕਰਤਾ ਐਕਸਟ੍ਰੈਡੀਸ਼ਨ ਵੀ ਮੰਗ ਲਈ ਹੈ 33 ਕੇਸ ਜਿਹਦੇ 'ਚ ਮਰਡਰ ਜੈਨੋਸਾਈਡ ਦੇ ਸਾਰੇ ਕੇਸ ਨੇ ਵੀ ਕੀ ਕਰੇਗਾ ਔਰ ਆਲਰੇਡੀ ਇਹ ਜਿਹੜੇ ਕਮੀਨਾ ਦੁਸ਼ਮਣ ਹੁੰਦਾ ਨਾ ਇੱਕ ਦੁਸ਼ਮਣ ਹੁੰਦਾ ਜਿਹੜਾ ਐਨਮੀ ਹੁੰਦਾ ਆਫ ਏ ਕਲਾਸ ਦੁਸ਼ਮਣਾਂ ਦੀਆਂ ਵੀ ਕਲਾਸਾਂ ਹੁੰਦੀਆਂ ਇੱਕ ਵਿਦ ਕਲਾਸ ਹੁੰਦਾ ਇੱਕ ਕਮੀਨਾ ਹੁੰਦਾ ਸੋ ਇਹ ਕਮੀਨਾ ਪਿੱਠ ਪਿੱਛੇ ਵਾਰ ਕਰਦਾ ਚੋਰੀ ਵਾਰ ਕਰਦਾ ਹੁਣ ਇੰਡੀਆ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਬੰਗਲਾਦੇਸ਼ ਤਾਂ ਹੱਥੋਂ ਨਿਕਲਿਆ 7 ਸਟੇਟਾਂ ਵੀ ਜਿਹੜੀਆਂ ਨੇ ਉਹ ਜਾਣਗੀਆਂ ਹੁਣ ਉਹਨਾਂ ਨੇ ਕੀ ਕੀਤਾ ਅੱਜ ਕੱਲ੍ਹ ਅਜੇ ਕਿਉਂਕਿ ਸਾਵਣ ਭਾਦੋ ਵਸੇ ਅਜੇ ਚੱਲ ਰਿਹਾ ਮੌਸਮ ਔਰ ਬੰਗਲਾਦੇਸ਼ ਦੀ ਜਿਹੜੀ ਸਾਰੀ ਜੇ ਤੁਸੀਂ ਉਹਨਾਂ ਦਾ ਇਲਾਕਾ ਦੇਖੋ ਤਾਂ ਉਹ ਇੱਕ ਪਾਸੇ ਬੇ ਆਫ ਬੰਗਾਲ ਹੈ ਬੰਗਾਲ ਦੀ ਖਾੜੀ ਹੈ ਸਮੁੰਦਰ ਹੈ ਦੂਸਰੇ ਪਾਸੇ ਬਹੁਤ ਸਾਰੇ ਦਰਿਆ ਜਿਹੜੇ ਨੇ ਉਹ ਭਾਰਤ ਤੋਂ ਹੀ ਕ੍ਰੋਸ ਕਰਕੇ ਉੱਧਰ ਨੂੰ ਆਉਂਦੇ ਨੇ ਇਸੇ ਲਈ ਬਹੁਤ ਵਾਰੀ ਤੂਫਾਨ ਆਏ ਸਮੁੰਦਰ 'ਚ ਤਾਂ ਵਿਚਾਰਿਆਂ ਦੀਆਂ ਝੁੱਗੀਆਂ ਉੱਡ ਜਾਂਦੀਆਂ ਪਾਣੀ ਜ਼ਿਆਦਾ ਆ ਜਾਏ ਤਾਂ ਫਲੱਡਿੰਗ ਹੋ ਜਾਂਦੀ ਹੈ ਔਰ 54 ਇਸ ਕਿਸਮ ਦੀਆਂ ਨਦੀਆਂ ਜਾਂ ਦਰਿਆ ਨੇ 54 ਜਿਹਨਾਂ ਨੂੰ ਤੁਸੀਂ ਕ੍ਰੋਸ ਵਾਟਰ ਰਿਵਰਸ ਕਹਿੰਦੇ ਹੋ ਕਿ ਵੀ ਜਿਹਨਾਂ ਜਿਹੜੀਆਂ ਭਾਰਤ 'ਚੋਂ ਜੇ ਤੁਸੀਂ ਉਹਨਾਂ ਜੀਓਗ੍ਰਾਫਿਕਲੀ ਦੇਖੋ ਤਾਂ ਆਲਮੋਸਟ ਜਿਹੜੀਆਂ ਨੌਰਥ ਈਸਟਰਨ ਸਟੇਟ ਜਿਹੜੀਆਂ ਚਿਕਨ ਨੈਕ ਬਣਾਉਂਦੀਆਂ ਨੇ ਉਹਦਾ 4 ਜਾਂ 5 ਸਟੇਟਾਂ ਐਸੀਆਂ ਨੇ ਜਿਹਨਾਂ ਨਾਲ ਬੰਗਲਾਦੇਸ਼ ਦਾ ਬਾਰਡਰ ਲੱਗਦਾ ਸੋ ਉਹ ਦਰਿਆ 54 ਦਰਿਆ ਜਿਹੜੇ ਨੇ ਉੱਥੋਂ ਨਿਕਲ ਕੇ ਅਤੇ ਇੱਧਰ ਆਉਂਦੇ ਨੇ ਔਰ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜੀ ਬੰਗਲਾਦੇਸ਼ ਦੀ ਮੈਗਾਸੈਸੇ ਅਵਾਰਡ ਵਿਨਰ ਸਈਦਾ ਰਿਜ਼ਵਾਨਾ ਹਸਨ ਹੈ ਜਿਹੜੀ ਐਨਵਾਇਰਮੈਂਟਲਿਸਟ ਹੈ ਬੜੀ ਵੱਡੀ ਔਰ ਹੁਣ ਐਡਵਾਈਜ਼ਰ ਹੈ ਐਨਵਾਇਰਮੈਂਟ ਔਰ ਵਾਟਰ ਇਸ਼ੂ ਤਾਂ ਉਹਨੇ ਤਾਂ ਅਜੇ ਕੱਲ੍ਹ ਉਹਨੇ ਡਿਮਾਂਡ ਕੀਤਾ ਉਹਨੇ ਕਿਹਾ ਵੀ ਇਹ ਜਿਹੜਾ ਤੀਸਤਾ ਦਰਿਆ ਹੈ ਇਸ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ ਹੋਇਆ ਭਾਰਤ ਨੇ ਔਰ ਅਸੀਂ
ਇਸ ਕੇਸ ਨੂੰ ਇੰਟਰਨੈਸ਼ਨਲ ਟ੍ਰਿਬਿਊਨਲ ਕੋਲ ਵੀ ਲੈ ਕੇ ਜਾਵਾਂਗੇ, ਅਸੀਂ ਆਪਣਾ ਕੇਸ ਵੀ ਬਿਲਟ ਕਰਾਂਗੇ ਔਰ ਅਸੀਂ ਜਿਹੜਾ ਉਹ ਆਪਣੇ ਹੱਕਾਂ ਦੇ ਲਈ ਖਲੋਵਾਂਗੇ, ਅਸੀਂ ਬੋਲਾਂਗੇ। ਹੁਣ ਅਜੇ ਉਹ ਇੰਟਰਨੈਸ਼ਨਲ ਤਾਂ ਕਦੋਂ ਜਾਣਾ ਤੇ ਕਿੱਥੇ ਜਾਣਾ? ਭਾਰਤ ਨੇ ਕਿਹਾ ਕਿ ਆ ਲਓ ਅਸੀਂ ਹੁਣ ਜਿਹੜੇ ਬਾਕੀ ਹਥਿਆਰ ਤਾਂ ਅਸੀਂ ਸ਼ੇਖ ਹਸੀਨਾ ਰਾਹੀਂ ਉੱਥੇ ਤੁਹਾਡੇ 'ਤੇ ਚਲਾਏ, ਜਿਹੜੀਆਂ ਨੇ ਉਹ ਐਕਸਟਰਾ ਜੁਡੀਸ਼ਲ ਕਿਲਿੰਗਸ ਵੀ ਕਰਾਈਆਂ, ਐਬਡਕਸ਼ਨ ਵੀ ਕਰਾਈਆਂ, ਜੇਲ੍ਹਾਂ ਵੀ, ਮਰਡਰ ਵੀ ਕਰਾਏ, ਪਰ ਉਹ ਜੇ ਨਾਕਾਮ ਹੋ ਕੇ ਤੁਸੀਂ ਵਾਪਸ ਆਪਣੀ ਆਜ਼ਾਦੀ ਲੈ ਲਈ ਹੈ ਤਾਂ ਹੁਣ ਅਸੀਂ ਪਾਣੀ ਦੇ ਹਥਿਆਰ ਨੂੰ ਵਰਤ ਰਹੇ। ਔਰ ਅਕਸਰ ਜਦੋਂ ਇਹ ਮੈਂ ਜ਼ਿਕਰ ਕਰ ਰਿਹਾ, ਮੇਰੇ ਸਾਹਮਣੇ 1988 'ਚ ਪੰਜਾਬ 'ਚ ਲਿਆਂਦੇ ਗਏ ਹੜ੍ਹ ਵੀ ਨੇ, ਔਰ ਜੇ ਉਸ ਤੋਂ ਵੀ ਪਹਿਲਾਂ ਚਲੇ ਜਾਈਏ, ਜਦੋਂ ਤੁਸੀਂ ਇਹਨਾਂ ਦੇ ਵੇਦਾਂ ਨੂੰ ਜਾਂ ਉਹਨਾਂ ਦੇ ਉੱਤੇ ਬੇਸ ਜਿਹੜੇ ਉਹਨਾਂ ਦੇ ਬਾਕੀ ਗ੍ਰੰਥ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤੇ ਫਿਰ ਤੁਹਾਨੂੰ ਇਹ ਨਜ਼ਰ ਆ ਜਾਂਦਾ ਵੀ ਇਹ ਕਿੱਥੇ ਕਿੱਥੇ ਕੀ ਕਮੀਨਗੀ ਕਰਦੇ ਰਹੇ ਨੇ। ਹੁਣ ਤੁਸੀਂ ਹਿੰਦੂ ਮਿਥਿਹਾਸ ਦੇ ਵਿੱਚ ਦੇਖੋਗੇ ਕਿ ਹਰ ਸ਼ੈ ਦਾ ਇੱਕ ਦੇਵਤਾ ਹੈ, ਅੱਗ ਦਾ ਦੇਵਤਾ ਹੈ, ਅਗਨੀ ਦੇਵਤਾ ਹੈ, ਮੀਆਂ ਦਾ ਦੇਵਤਾ ਜਿਹੜਾ, ਪਾਣੀਆਂ ਦਾ ਜਿਹੜਾ ਉਹ ਇੰਦਰ ਹੈ, ਇੰਦਰ ਦੇਵਤਾ ਹੈ, ਇਸ ਤਰ੍ਹਾਂ ਹਰ ਚੀਜ਼ ਦਾ ਜਿਹੜਾ ਉਹਨਾਂ ਨੇ ਦੇਵਤੇ ਦਾ ਨਾਂ ਰੱਖਿਆ, ਉਹਦੀ ਪੂਜਾ ਵੀ ਹੈ। ਹੁਣ ਜਦੋਂ ਤੁਸੀਂ ਸੋ ਕਾਲਡ ਦੇਵਤੇ ਅਤੇ ਰਾਕਸ਼ਾਂ ਦੀ ਲੜਾਈ, ਜਿਹੜੀ ਅਸਲ 'ਚ ਆਰੀਅਨ ਜਿਹੜੇ ਹਮਲਾਵਰ ਸੀ ਔਰ ਮੂਲ ਨਿਵਾਸੀ ਦਰਾਵੜ ਜਿਹੜੇ ਇੰਡਸ ਵੈਲੀ ਦੇ ਸੀ, ਉਹਨਾਂ ਦੀ ਲੜਾਈ ਦੇਖਦੇ ਹੋ ਤਾਂ ਉਹਦੇ 'ਚ ਇਹਨਾਂ ਦੇ ਵੇਦਾਂ ਔਰ ਦੂਸਰਿਆਂ ਦੇ ਵਿੱਚ ਜ਼ਿਕਰ ਮਿਲੇਗਾ ਕਿ ਜਦੋਂ ਇਹ ਦੇਵਤੇ ਹਾਰ ਰਹੇ ਸੀ, ਜਦੋਂ ਆਰੀਅਨਸ ਨੂੰ ਜਿਹੜੇ ਲੋਕਲ ਦਰਾਵਿੜਨ ਨੇ ਉਹ ਜਿਹੜਾ ਧਾਕੇ ਲਿਜਾ ਰਹੇ ਸੀ ਜਾਂ ਡਿਫੀਟ ਦੇ ਰਹੇ ਸੀ, ਤਾਂ ਫਿਰ ਦੇਵਤਿਆਂ ਨੇ ਇੰਦਰ ਦੇਵਤੇ ਨੂੰ ਜਿਹੜਾ ਉਹ ਪੁਕਾਰ ਕੀਤੀ ਕਿ ਸਾਨੂੰ ਬਚਾਓ, ਅਤੇ ਇੰਦਰ ਜਿਹੜਾ ਉਹ ਉਹਨਾਂ ਦੀ ਮਦਦ 'ਤੇ ਆਇਆ ਔਰ ਫਿਰ ਉਸਨੇ ਸਾਰੇ ਪਾਸੇ ਜਿਹੜਾ ਉਹ ਜਲ ਥਲ ਕਰਤਾ, ਪਾਣੀ ਪਾਣੀ ਕਰਤਾ। ਇਹ ਹੈ ਵਾਟਰ ਐਜ਼ ਏ ਵੈਪਨ, ਨਾ ਤਾਂ ਕੋਈ ਦੇਵਤਾ ਅਸਮਾਨ 'ਚ ਰਹਿੰਦਾ ਨਾ ਦੂਜਾ, ਮਤਲਬ ਇਹ ਹੈ ਵੀ ਇਸ ਦੀ ਸ਼ੁਰੂਆਤ ਇਹਨਾਂ ਨੇ ਪਾਣੀ ਨੂੰ ਹਥਿਆਰ ਦੇ ਤੌਰ 'ਤੇ ਈਵਨ ਦਰਾਵੜਾਂ ਨੂੰ ਜਿਹੜਾ ਖਤਮ ਕਰਨ ਦੇ ਲਈ ਵਰਤਿਆ। ਤੁਸੀਂ ਪਾਣੀ ਲੈ ਆਉਂਦੇ ਹੋ ਔਰ ਇਹ ਤਾਂ ਵੇਦਾਂ ਦੀ ਗੱਲ ਸੀ ਜਾਂ ਉਦੋਂ ਇਹਨਾਂ ਨੇ ਇਹ ਕੀਤਾ, ਲੇਕਿਨ ਅਸੀਂ ਤਾਂ 1988 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਮੀਂਹ ਵੀ ਪਏ, ਕਿਉਂਕਿ ਮੀਂਹ ਤਾਂ ਪਹਾੜਾਂ ਦਾ ਹੀ ਪੈਂਦੇ ਨੇ ਉੱਤੋਂ, ਉਹ ਪੰਜਾਬ ਦੇ ਵਿੱਚ ਵੀ ਉੱਤਲੇ ਦਰਿਆਈ ਪਾਣੀ ਸੀ ਔਰ ਇਹਨਾਂ ਨੇ ਬਿਨਾਂ ਵਾਰਨਿੰਗ, ਇਹ ਉਹ ਪੀਰੀਅਡ ਸੀ 88 ਦਾ ਜਦੋਂ ਖਾਲਿਸਤਾਨ ਦੀ ਮੂਵਮੈਂਟ ਪੂਰੀ ਜ਼ੋਰ ਨਾਲ ਚੱਲ ਰਹੀ ਸੀ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਨੇ ਉਹ ਕਿਉਂਕਿ ਹਥਿਆਰਬੰਦ ਲੜਾਈ ਸੀ, ਬਹੁਤ ਸਾਰੀ ਅੰਡਰਗਰਾਊਂਡ ਔਰ ਦੂਸਰੇ ਵੀ ਹਥਿਆਰ ਜਾਂ ਦੂਜੇ ਜਿਹੜੇ ਨੇ ਕਿਤੇ ਨਾ ਕਿਤੇ ਸਟੋਰ ਕੀਤੇ ਹੋਏ ਸੀ, ਪਲੱਸ ਜਿਹੜਾ ਨੌਜਵਾਨ ਜਿਹੜੇ ਨੇ ਉਹ ਇਸ ਮੌਕੇ ਦੇ ਉੱਤੇ ਆਪਣੇ ਜਿਹੜੀਆਂ ਨੇ ਉਹ ਕਾਰਵਾਈਆਂ ਕਰ ਰਹੇ ਸੀ, ਅਤੇ ਸਡਨਲੀ ਇੱਕ ਰਾਤ ਔਰ ਫਿਰ ਅਗਲੇ 2-3 ਦਿਨ ਬਿਨਾਂ ਵਾਰਨਿੰਗ ਦਿੱਤਿਆਂ ਇਹਨਾਂ ਨੇ ਭਾਖੜਾ ਮੇਨ ਲੈਨ ਜਿਹੜੀ ਮੇਨ ਸੀ ਉਹਦੇ ਤੋਂ ਸਡਨਲੀ ਪਾਣੀ ਛੱਡਿਆ। ਪੰਜਾਬ ਦੇ ਬਹੁਤ ਸਾਰੇ ਇਲਾਕਿਆਂ 'ਚ ਜਿੱਥੋਂ ਜਿੱਥੋਂ ਦੀ ਉਹ ਭਾਖੜੇ ਦਾ ਪਾਣੀ 8-8 ਫੁੱਟ ਤੋਂ 10-10 ਫੁੱਟ ਪਾਣੀ ਸੀ, 10,000 ਤੋਂ ਜ਼ਿਆਦਾ ਮੌਤਾਂ ਹੋਈਆਂ, 1,00,000 ਤੋਂ ਜ਼ਿਆਦਾ ਪਸ਼ੂ ਮਾਰੇ ਗਏ ਜਿਹੜੇ, ਔਰ ਫਿਰ ਈਵਨ ਲਾਹੌਰ ਦੀਆਂ ਗਲੀਆਂ ਦੇ ਵਿੱਚ ਵੀ ਪਾਣੀ ਸੀ। ਔਰ ਇਹ ਉਸ ਵੇਲੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਸਰਵਿੰਗ ਮੇਜਰ ਜਨਰਲ ਸੀ ਔਰ ਇਹ ਗੱਲ ਸਿਰਫ ਇੱਕ, ਹਾਲਾਂ ਉਹਨਾਂ ਨੇ ਕਿਹਾ ਜੀ ਅਸੀਂ ਵਾਰਨਿੰਗ ਦੇ ਨਹੀਂ ਸਕੇ, ਫਲਾਣਾ ਹੋ ਗਿਆ, ਢਿਮਕਾ ਹੋ ਗਿਆ ਔਰ ਇਕਦਮ ਅਸੀਂ ਜਿਹੜੇ ਉਹਦੇ ਫਲੱਡ ਗੇਟ ਖੋਲ੍ਹ ਦਿੱਤੇ। ਫਲੱਡ ਗੇਟ ਖੋਲ੍ਹਣਾ ਮਤਲਬ ਤੁਸੀਂ ਲੋਕ ਸੁੱਤੇ ਪਏ ਨੇ, ਕੋਈ ਵਾਰਨਿੰਗ ਕੋਈ ਚੇਤਾਵਨੀ ਨਹੀਂ ਹੈ, ਨਹੀਂ ਤਾਂ ਮੀਂਹ ਤਾਂ ਪੈ ਰਿਹਾ
ਤੇ ਜੇ ਤੁਸੀਂ ਜਿਹੜਾ ਜੇ ਤੁਹਾਨੂੰ ਪਤਾ ਲੱਗ ਰਿਹਾ ਵੀ ਜਿਹੜਾ ਤੁਹਾਡਾ ਰਿਜ਼ਰਵ ਹੈ ਜਿਹੜਾ ਤੁਸੀਂ ਪਾਵਰ ਜਨਰੇਟ ਕਰਨ ਲਈ ਹੈ ਉਹਦਾ ਲੈਵਲ ਵੱਧ ਰਿਹਾ, ਤੁਸੀਂ ਵਾਰਨਿੰਗ ਦਿੰਦੇ ਹੋ, ਐਵੈਕੂਏਸ਼ਨ ਪਲਾਨ ਇਨ ਪਲੇਸ ਹੁੰਦੀ ਹੈ ਕਿ ਬਈ ਤੁਸੀਂ ਉੱਥੋਂ ਲੋਕਾਂ ਨੂੰ ਐਵੈਕੂਏਟ ਕਰਨਾ, ਲੇਕਿਨ ਇਹਨਾਂ ਨੇ ਅੱਧੀ ਰਾਤ ਨੂੰ ਜਿਹੜਾ ਉਹ ਪਾਣੀ ਫਲੱਡ ਗੇਟ ਖੋਲ੍ਹੇ। ਔਰ ਇਸ ਦੇ ਉੱਤੇ ਈਵਨ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਦੋ ਤਿੰਨ ਜਿਹੜੇ ਐਕਸਪਰਟ ਪ੍ਰੋਫੈਸਰ ਸੀ ਉਹਨਾਂ ਦਾ ਇੱਕ ਪੈਨਲ ਵੀ ਬਣਾਇਆ ਗਿਆ ਸੀ ਕਿ ਵੀ ਇਹ ਨੈਚੁਰਲੀ ਹੋਇਆ ਕਿ ਵੀ ਇੰਨੇ ਕੁ ਪਾਣੀ ਵੀ ਆ ਗਏ ਔਰ ਇਹਨਾਂ ਨੇ ਕੀ, ਔਰ ਉਹਨਾਂ ਨੇ ਵੀ ਇਹ ਕਿਹਾ ਸੀ ਕਿ ਬਿਨਾਂ ਵਾਰਨਿੰਗ ਦਿੱਤੇ ਜਿਹੜਾ ਇਹ ਫਲੱਡ ਗੇਟ ਖੋਲ੍ਹਣਾ ਇਹ ਦੁਰਨੀਤੀ ਸੀ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਜਿਹੜਾ ਮੇਜਰ ਜਨਰਲ ਫੌਜ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇੰਚਾਰਜ ਸੀ ਜਿਹਦੇ ਹੁਕਮਾਂ ਥੱਲੇ ਹੋਇਆ, ਉਹਨੂੰ ਸਿੰਘਾਂ ਨੇ ਸਜ਼ਾ ਯਾਫਤਾ ਕਰ ਦਿੱਤਾ ਸੀ, ਹਿਸਾਬ ਤਾਂ ਬਰਾਬਰ ਕਰਤਾ ਸੀ, ਲੇਕਿਨ 10,000 ਤੋਂ ਜ਼ਿਆਦਾ ਜਿਹੜੀਆਂ ਮੌਤਾਂ ਨੇ ਪੰਜਾਬ 'ਚ ਹੋਈਆਂ। ਔਰ ਜਦੋਂ ਪੰਜਾਬ ਡੁੱਬਿਆ ਹੋਇਆ ਸੀ ਉਸ ਵੇਲੇ ਜਿਹੜਾ ਉਹਨਾਂ ਦਾ ਐਗਰੀਕਲਚਰ ਮਿਨਿਸਟਰ ਉਦੋਂ ਸ਼ਾਇਦ ਇਹ ਬਲਰਾਮ ਜਾਖੜ ਸੀ ਜਾਂ ਭਜਨ ਲਾਲ ਸੀ ਜੋ ਵੀ ਉਹਦਾ ਸੀ, ਉਹਨੇ ਹੈਲੀਕਾਪਟਰ ਰਾਹੀਂ ਦੌਰਾ ਕੀਤਾ ਉੱਤੋਂ ਦੀ, ਔਰ ਉਹਨੇ ਜਾ ਕੇ ਟੀ ਵੀ ਦੇ ਉੱਤੇ ਉਹਦੀ ਸਟੇਟਮੈਂਟ ਚੱਲੀ ਕਿ ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਕਿਉਂਕਿ ਅਗਲੀ ਫਸਲ ਵੇਲੇ ਬਹੁਤ ਵਧੀਆ ਫਸਲ ਹੋਏਗੀ ਕਿਉਂਕਿ ਬਹੁਤ ਹੁਣ ਜਿਹੜਾ ਪਾਣੀ ਹੈ ਉਹ ਧਰਤੀ ਰੱਜ ਗਈ ਹੈ ਪਾਣੀ ਨਾਲ ਔਰ ਅਗਲੀ ਫਸਲ ਬਹੁਤ ਵਧੀਆ ਹੋਏਗੀ। ਇਹ ਸੀ ਤੁਹਾਨੂੰ ਦੱਸਣਾ ਕਿ ਭਾਈ ਤੁਸੀਂ ਗਰਾਊਂਡ ਦੇ ਉੱਤੇ ਬਹਾਦਰੀ ਦਿਖਾ ਸਕਦੇ ਹੋ, ਤੁਸੀਂ ਤੁਹਾਡੇ ਅੱਗੇ ਸਾਡੇ ਸਿਕਿਉਰਿਟੀ ਦੱਸਦੇ ਦੁਮ ਦਮਾ ਕੇ ਦੌੜ ਰਹੇ ਨੇ, ਪਰ ਸਾਡੇ ਕੋਲ ਉਹ ਹਥਿਆਰ ਹੈ ਜਿਹੜਾ ਅਸੀਂ ਤੁਹਾਡੇ ਖਿਲਾਫ ਵਰਤਾਂਗੇ। ਇਸ ਲਈ ਮੈਂ ਤਾਂ ਜਦੋਂ ਅੱਜ ਇਹ ਖਬਰ ਹੀ ਦੇਖੀ ਮੈਨੂੰ ਇੱਕਦਮ ਇਹਦਾ, ਮੈਂ ਬਾਅਦ 'ਚ ਦੇਖਿਆ ਕਿ ਬੰਗਲਾਦੇਸ਼ 'ਚ ਲੋਕ ਸੜਕਾਂ 'ਤੇ ਨਿਕਲ ਆਏ ਨੇ ਕਿ ਵੀ ਇਹ ਇੰਡੀਆ ਨੇ ਐਜ਼ ਏ ਛੱਡੇ ਨੇ ਜਾਣ ਕੇ, ਔਰ ਈਵਨ ਇੰਡੀਆ ਦਾ ਜਿਹੜਾ ਹਾਈ ਕਮਿਸ਼ਨਰ ਹੈ ਉਹ ਦੌੜਿਆ ਦੌੜਿਆ ਉਹਦੇ ਮੁਹੰਮਦ ਯੂਨਸ ਦੇ ਕੋਲ ਗਿਆ ਕਿ ਜੀ ਸਾਡੀ ਸਿਕਿਉਰਿਟੀ ਨੂੰ ਖਤਰਾ ਹੋ ਸਕਦਾ, ਔਰ ਸੋਸ਼ਲ ਮੀਡੀਆ 'ਤੇ ਬੰਗਾਲੀਆਂ ਨੇ ਸ਼ੁਰੂ ਕਰਤਾ, ਟੈਲੀਵਿਜ਼ਨ 'ਤੇ ਕਰਤਾ ਵੀ ਇਹ ਭਾਰਤ ਦੀ ਕਰਤੂਤ ਹੈ, ਔਰ ਈਵਨ ਇਹਨਾਂ ਦਾ ਜਿਹੜਾ ਮੇਨ ਹਿੰਦੂ ਬਿਊਰੋ ਦੀ ਨਿਊਜ਼ ਹੈਡਲਾਈਨ ਹੀ ਹੈ। ਹੁਣ ਜਦੋਂ ਇਹ ਲੋਕ ਬੰਗਾਲੀ ਤਾਂ ਫਿਰ ਇਹੀ ਪੜ੍ਹੇ ਲਿਖੇ ਔਰ ਸਿਆਣੇ ਹੋਣ ਦਾ ਇਹੀ ਹੈ, ਇੰਡੀਆ ਨੂੰ ਇਕਦਮ, ਔਰ ਜਦੋਂ ਤੁਸੀਂ ਇਕਦਮ ਡਿਨਾਇਲ 'ਚ ਜਾਂਦੇ ਹੋ ਮਤਲਬ ਹੁੰਦਾ ਕਿ ਵੀ ਤੁਹਾਡੀ ਚੋਰੀ ਫੜੀ ਗਈ। ਔਰ ਇਹਦੇ 'ਚ ਇਹ ਆ ਕਿ ਤ੍ਰਿਪੁਰਾ ਡੈਮ ਡਿਡ ਨਾਟ ਕੌਜ਼ ਬੰਗਲਾਦੇਸ਼ ਫਲੱਡਸ ਇੰਡੀਆ, ਇੰਡੀਆ ਦੀ ਐਕਸਟਰਨਲ ਅਫੇਅਰ ਮਿਨਿਸਟਰੀ ਨੇ ਸਫਾਈ ਦਿੱਤੀ ਹੈ ਕਿ ਵੀ ਨਹੀਂ 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 ਅਸੀਂ ਨਹੀਂ ਕੀਤਾ ਹੈ, ਇਹ ਤਾਂ ਇਸ ਦੇ ਵਿੱਚ ਪਾਣੀ ਇੰਨਾ ਆ ਗਿਆ ਗੋਮਤੀ ਦਰਿਆ ਦੇ ਵਿੱਚ ਕਿ ਡੰਬਲ ਡੈਮ ਦਾ ਸਾਨੂੰ ਛੱਡਣਾ ਪਿਆ। ਫਿਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਵੀ ਤੁਸੀਂ ਪ੍ਰੀ ਵਾਰਨਿੰਗ ਕਿਉਂ ਨਹੀਂ ਦਿੱਤੀ ਜਿਹੜੀ ਵਾਰਨਿੰਗ ਚੱਲ ਰਹੀ, ਉਹ ਕਹਿੰਦਾ ਵੀ ਇਸ ਲਈ ਵੀ ਸਡਨਲੀ ਪਾਵਰ ਫੇਲੀਅਰ ਹੋ ਗਈ ਔਰ ਪਾਵਰ ਫੇਲੀਅਰ ਹੋਣ ਕਰਕੇ ਅਸੀਂ ਉਸ ਨੂੰ ਜਿਹੜਾ ਵਾਰਨਿੰਗ ਨੂੰ ਨਹੀਂ ਦੇ ਸਕੇ। ਸੋ ਇਸ ਖਬਰ ਦਾ ਪੂਰਾ ਦੇ ਪੂਰਾ ਜਿਹੜਾ ਇਸ ਦੇ ਉੱਤੇ ਹੀ ਹੈ ਕਿ ਜੀ ਅਸੀਂ ਨਹੀਂ ਪਾਣੀ ਛੱਡਿਆ, ਇਹ ਕਿਉਂਕਿ ਆਟੋ ਰਿਲੀਜ਼ਿੰਗ ਲੱਗੀ ਹੋਈ ਹੈ, ਪ੍ਰੋਟੈਸਟਰਸ ਇਨ ਬੰਗਲਾਦੇਸ਼ ਬਲੇਮ ਇੰਡੀਆ ਫੋਰ ਦਿਸ ਟ੍ਰੈਜਡੀ, ਅਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਸੇਜ਼ ਡੰਬਲ ਡੈਮ ਇਜ਼ ਆਟੋ ਰਿਲੀਜ਼ਿੰਗ ਵਾਟਰ ਓਇੰਗ ਟੂ ਹੈਵੀ ਰੇਨ, ਕਿ ਬਹੁਤ ਮੀਂਹ ਪੈ ਰਹੇ ਨੇ ਉਹ ਪਾਣੀ ਆਪਣੇ ਆਪ ਹੀ ਰਿਲੀਜ਼ ਹੋ ਗਿਆ। ਔਰ ਇੰਡੀਅਨ ਐਨਵਾਏ ਮੀਟਸ ਯੂਨਸ ਫਲੈਗ ਸਿਕਿਉਰਿਟੀ ਥਰੈਟ ਟੂ ਹਾਈ ਕਮਿਸ਼ਨ ਸਟਾਫ, ਉਹਨਾਂ ਨੇ ਕਿਹਾ ਜੀ ਇਹ ਲੋਕ ਤਾਂ ਗੁੱਸੇ 'ਚ ਆ ਗਏ ਨੇ ਔਰ ਸਾਡੇ ਸਟਾਫ ਨੂੰ ਔਰ ਦੂਜੇ ਸੁਰੱਖਿਆ ਦਿਓ, ਉਹਨਾਂ ਨੂੰ ਬਹੁਤ ਖਤਰਾ ਹੈ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਦਾ ਇੰਡੀਆ ਦਾ ਹਾਈ ਕਮਿਸ਼ਨਰ ਹੈ ਬੰਗਲਾਦੇਸ਼ ਦੇ ਵਿੱਚ ਪ੍ਰਣਵ ਵਰਮਾ, ਔਰ ਉਹਦੇ 'ਤੇ ਉਹ ਜਿਹੜਾ ਹੈ ਉਹ ਜਾ ਕੇ ਡੈਲੀਗੇਸ਼ਨ ਲੈ ਕੇ ਮਿਲਿਆ, ਉਹਨਾਂ ਨੇ ਕਿਹਾ ਕਿ ਜੀ ਇਹ ਸਾਡੇ ਸਾਰੇ ਸਟਾਫ ਨੂੰ ਪ੍ਰੋਟੈਕਸ਼ਨ ਦਿੱਤੀ ਜਾਏ ਅਤੇ ਇਹਦੇ 'ਤੇ ਸਾਡਾ ਕੋਈ ਰੋਲ ਨਹੀਂ ਹੈ, ਔਰ ਇਹ ਜਿਹੜਾ ਆਟੋਮੈਟਿਕ ਰਿਲੀਜ਼ ਆਰ ਏ ਫੀਚਰ ਆਫ ਡੈਮਸ
ਦੈਟ ਸਟੋਰ ਵਾਟਰ ਫਾਰ ਪਾਵਰ ਜਨਰੇਸ਼ਨ, ਇਹ ਉਹਦੇ ਲਈ ਆਟੋਮੈਟਿਕ ਫੀਚਰ ਹੁੰਦਾ। ਪਰ ਕਿਉਂਕਿ ਅਸੀਂ ਵਾਰਨਿੰਗ ਇਸ ਲਈ ਨਹੀਂ ਦੇ ਸਕੇ ਕਿਉਂਕਿ ਸਡਨਲੀ ਜਿਹੜਾ ਉਹ ਜਿਹੜਾ ਇੰਟਰਨੈਟ ਜਿਹੜੀ ਹੈ ਉਹ ਪਾਵਰ ਫੇਲਿਓਰ ਹੋਈ। ਹਾਊਐਵਰ ਇਹ ਪਾਵਰ ਆਊਟਰੇਜ ਹੈ ਡਿਸਰਪਟਿਡ ਦਾ ਫਲੋ ਆਫ ਇਨਫੋਰਮੇਸ਼ਨ ਫਰੋਮ 6 PM ਕਿ ਵੀ ਇਹ ਪਾਵਰ ਫੇਲਿਓਰ ਹੋਈ, ਇਸ ਲਈ ਅਸੀਂ ਉਹਨਾਂ ਨੂੰ ਇਨਫੋਰਮ ਨਹੀਂ ਕਰ ਸਕੇ। ਔਰ ਇਹ ਸਾਰੇ ਦੇ ਚੱਲਦਿਆਂ ਇਸ ਦੇ ਉੱਤੇ ਬੜਾ ਕਲੀਅਰਲੀ ਜਿਹੜਾ ਉਹਨਾਂ ਦੇ TV ਦੇ ਉੱਤੇ ਚੱਲ ਰਿਹਾ ਕਿ ਵੀ ਅਪਾਰਟ ਫਰੋਮ ਇੰਟਾਇਰ ਇੰਡੀਆ ਓਪੀਨੀਅਨ ਔਨ ਸੋਸ਼ਲ ਮੀਡੀਆ 'ਤੇ ਭਾਰਤ ਨੂੰ ਗਾਲਾਂ ਕੱਢ ਰਹੇ ਨੇ। ਟਾਕੇ 'ਚ ਜਿਹੜੇ ਇਹ ਆਏ ਫਲੱਡ ਸਡਨਲੀ, ਉਹਨਾਂ ਦੇ ਉੱਤੇ ਟੈਲੀਵਿਜ਼ਨ ਦੇ ਉੱਤੇ ਵੀ ਇਹ ਸਾਰੀਆਂ ਖਬਰਾਂ ਚੱਲ ਰਹੀਆਂ ਨੇ। ਐਂਡ ਪ੍ਰੋਟੈਸਟਰਸ ਬਲੇਮਡ ਇੰਡੀਆ ਫਾਰ ਦਾ ਫਲੱਡਸ। ਦਾ ਸੈਂਟੀਮੈਂਟ ਵਾਜ ਰਿਫਲੈਕਟਡ ਇਨ ਕਾਮੈਂਟਸ ਬਾਈ ਸਟੂਡੈਂਟ ਐਡਵਾਈਜ਼ਰ ਫਾਰ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਨਾਹਿਦ ਇਸਲਾਮ, ਜਿਹੜੀ ਇਹ 18-19 ਐਡਵਾਈਜ਼ਰ ਬਣਾਏ ਨੇ, ਉਹਦੇ ਜਿਹੜਾ ਇਨਫੋਰਮੇਸ਼ਨ ਔਰ ਬ੍ਰੋਡਕਾਸਟਿੰਗ ਦਾ ਨਾਹਿਦ ਇਸਲਾਮ ਹੈ, ਉਹਨੇ ਵੀ ਇੰਡੀਆ ਨੂੰ ਬਲੇਮ ਕੀਤਾ ਕਿ ਇੰਡੀਆ ਹੈਜ਼ ਐਕਟਡ ਇਨ ਐਨ ਇਨਹਿਊਮਨ ਮੈਨਰ ਬਾਈ ਓਪਨਿੰਗ ਦਾ ਡੈਮ ਇਨ ਤ੍ਰਿਪੁਰਾ ਵਿਦਆਊਟ ਗਿਵਿੰਗ ਅਰਲੀ ਵਾਰਨਿੰਗ। ਕਿ ਵੀ ਇਹ ਉਹਨਾਂ ਦਾ ਮੇਨ ਮਿਨਿਸਟਰ ਐਡਵਾਈਜ਼ਰ ਦਾ ਮਤਲਬ ਇਸ ਵੇਲੇ ਮਿਨਿਸਟਰ ਹੈ, ਵੀ ਉਹਨਾਂ ਨੇ ਅਣਮਨੁੱਖੀ ਜਿਹੜਾ ਇਹ ਵਰਤਾਰਾ ਕੀਤਾ। ਔਰ ਜਿਵੇਂ ਮੈਂ ਕਿਹਾ ਵੀ ਸਈਦ ਰਿਜ਼ਵਾਨਾ ਹਸਨ ਜਿਹਨੇ ਤੀਸਤਾ ਵਾਟਰ ਦੀ ਗੱਲ ਕੀਤੀ ਸੀ ਕੱਲ੍ਹ ਹੀ, ਉਸਨੇ ਵੀ ਇਸ ਦੇ ਉੱਤੇ ਕਿਹਾ ਕਿ ਵੀ ਇਹ ਜਿਹੜੇ ਨੇ ਇਹ ਭਾਰਤ ਨੇ ਠੀਕ ਨਹੀਂ ਕੀਤਾ ਔਰ ਇਹ ਜਿਹੜਾ ਲੋਕਾਂ ਦੀ ਬੇਗੁਨਾਹ ਲੋਕਾਂ ਦੀ ਦਾ ਨੁਕਸਾਨ ਜਾਂ ਤਬਾਹੀ ਜਿਹੜੀ ਹੈ ਇਹ ਜਿਹੜੀ ਹੈ ਇਹ ਟੋਲਰੇਬਲ ਨਹੀਂ। ਹੁਣ ਜਿਹੜਾ ਤੁਸੀਂ ਦੇਖ ਲਓ ਕਿ ਜਦੋਂ ਅਸੀਂ ਕਮੀਨਾ ਦੁਸ਼ਮਣ ਕਹਿੰਦੇ ਹਾਂ ਵੀ ਇਹ ਇਹਨਾਂ ਦਾ ਬੰਗਾਲੀਆਂ ਦੇ ਨਾਲ ਪਿਆਰ ਹੈ, ਇਹ ਇਹਨਾਂ ਦਾ ਸ਼ੇਖ ਮੁਜੀਬੁਰ ਰਹਿਮਾਨ ਇਹਨਾਂ ਦਾ ਆਈਡੀਅਲ ਹੈ, ਇਹ ਇਹਨਾਂ ਦਾ ਇਨਸਾਨੀਅਤ ਦਾ ਤਕਾਜ਼ਾ ਕਿ ਇਹਨਾਂ ਦੇ ਲਈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਵਿਚਾਰੇ ਮਜ਼ਲੂਮ ਬੰਗਾਲੀ ਜਿਹੜੇ ਨੇ ਉਹ ਹੜ੍ਹਾਂ ਦੇ ਵਿੱਚ ਰੋੜ ਦਿੱਤੇ ਨੇ। ਜਿਵੇਂ 1988 ਦੇ ਵਿੱਚ ਸਿੱਖਾਂ ਨੂੰ ਸਜ਼ਾ ਦੇਣ ਦੇ ਲਈ ਇਹਨਾਂ ਨੇ ਪਾਣੀ ਨੂੰ ਐਜ਼ ਏ ਵੈਪਨ ਵਰਤਿਆ ਸੀ, ਠੀਕ ਇਸ ਵੇਲੇ ਬੰਗਲਾਦੇਸ਼ ਦੇ ਲੋਕਾਂ ਨੇ ਬਿਲਕੁਲ ਠੀਕ ਸਮਝਿਆ ਕਿ ਇਹਨਾਂ ਨੇ ਵਾਟਰ ਐਜ਼ ਏ ਵੈਪਨ ਇਸਤੇਮਾਲ ਕੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ, ਔਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਆਪਣੇ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਅਪੀਲ 'ਤੇ ਬੇਨਤੀ ਕਰ ਦਈਏ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ, TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.TV 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-01-37th Avenue ਲੌਂਗ ਲੈਂਡ ਸਿਟੀ ਨਿਊਯੋਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516-619-1984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@TV84.TV 'ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਂਦੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।